ਸਾਡੇ ਪਿਆਰ ਤੇ ਹੌਲੀ ਬੋਲ। ਸੋ ਹੈ ਗਾਇਸ, ਵੈਲਕਮ ਬੈਕ ਟੂ ਆਵਰ ਚੈਨਲ। ਆਈ ਹੋਪ ਤੁਸੀਂ ਬਹੁਤ ਵਧੀਆ ਹੋ ਗਿਆ ਜੀ। ਮੈਂ ਬਹੁਤ ਵਧੀਆ ਤੁਹਾਡੇ ਪਿਆਰ ਤੇ ਹੌਲੀ ਬੋਲ। ਮੰਮੀ ਕੀ ਗੱਲ, ਮੈਨੂੰ ਆਪਣਾ ਵਲੌਗ ਸ਼ੁਰੂ ਕਰ ਦਿੰਦੋ। ਹੌਲੀ ਬੋਲ, ਜਿਹੜਾ ਵਲੌਗ ਦੇਖੇਗਾ ਡਰ ਜਾਏਗਾ। ਕੌਣ ਡਰੇਗਾ, ਕੋਈ ਡਰਿਆ ਮੇਰੀ ਬਾਸ ਤੋਂ? ਨਹੀਂ ਨਾ। ਸੋ ਗਾਇਸ, ਵੈਲਕਮ ਬੈਕ ਟੂ ਆਵਰ ਚੈਨਲ। ਕਿਦਾਂ ਯਾਰ ਸਾਰੇ ਜਣੇ? ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ। ਆਏ ਰੱਬ, ਮੰਮੀ ਇੱਧਰ ਆਓ। ਲਾਈਟ ਨੇ ਕੀਤਾ ਸਾਨੂੰ ਬਹੁਤ ਪਰੇਸ਼ਾਨ। ਤੈਨੂੰ ਕੱਲੇ ਨੂੰ ਕੀਤਾ ਜੀ? ਤੈਨੂੰ ਕੱਲੇ ਨੂੰ ਕੀਤਾ? ਸਭ ਨੂੰ ਕੀਤਾ, ਸਭ ਨੂੰ ਕੀਤਾ। ਕਿਹਦੇ ਕਿਹਦੇ ਘਰ ਲਾਈਟ ਨਹੀਂ ਹੈਗੀ, ਇਹ ਵੀ ਮੈਨੂੰ ਦੱਸਿਓ ਕਮੈਂਟਾਂ ਦੇ ਵਿੱਚ, ਕਿਉਂਕਿ ਮੈਂ ਦੇਖਣਾ ਚਾਹੁੰਦਾ ਕਿ ਮੇਰੇ ਨਾਲ ਨਾਲ ਹੋਰ ਕੌਣ ਕੌਣ ਪਰੇਸ਼ਾਨ ਹੋਇਆ ਵਾ। ਬਾਕੀ ਯਾਰ ਮੇਰੀ ਇਹ ਵਾਲੀ ਅੱਖ ਦੇਖੋ, ਪਤਾ ਨਹੀਂ ਕਿਉਂ ਲਾਲ ਹੋਈ ਪਈ। ਮੰਮੀ ਅੱਖ ਲਾਲ ਕਿਉਂ ਹੋਈ ਪਈ? ਪਾਣੀ ਛਿੱਟੇ ਮਾਰ, ਪਾਣੀ ਦੇ ਛਿੱਟੇ ਮਾਰ ਨਾ। ਸੋ ਗਾਇਸ, ਮੈਂ ਜਸਟ ਹੁਣ ਉੱਠੀ ਆ ਤੇ ਲੱਡੂ ਪੜਨ ਡਿਆ ਸੀਗਾ ਇੱਥੇ। ਲੱਡੂ ਤੂੰ ਸੰਜੇ ਦੱਤ ਕਿਉਂ ਬਣਿਆ? ਬਾਲ ਸੈੱਟ ਕਰ, ਬਾਲ ਸੈੱਟ ਕਰੋ ਬਾਬੂ। ਬਾਲ ਐਸੇ ਕਰੋ, ਐਸੇ ਐਸੇ ਕਰਾਲੀ ਬੇਸਤੀ ਮੇਰੀ ਗੁੱਗੀ, ਐਸੇ ਕਰੋ। ਪੜਦਾ ਪਿਓ, ਨਹੀਂ ਨਹੀਂ ਕਰਨਾ ਉਹਦੇ ਵਿੱਚ। ਸੋ ਗਾਇਸ, ਮੰਮੀ ਨੇ ਇੱਥੇ ਲੈ ਦੇ ਪੁਰਾਣੇ ਪੁਰਾਣੇ ਗਾਣੇ, ਕਿਉਂਕਿ ਮੰਮੀ ਹੈਗੇ ਪੁਰਾਣੇ ਮਾਡਲ। ਹਾਂਜੀ, ਤੇ ਇੱਥੇ ਸਾਡਾ ਕੂਲਰ ਜੋ ਕਿ ਪ੍ਰੋਪਰ ਕੂਲਿੰਗ ਦੇ ਰਿਹਾ ਵਾ। ਕਿਹਨਾਂ ਨੂੰ? ਮੁਕੇਸ਼ ਭਾਈ ਨੂੰ। ਮੁਕੇਸ਼ ਭਾਈ ਕੀ ਹਾਲ ਚਾਲ? ਇੱਥੇ ਬਣ ਰਿਹਾ ਮੁਕੇਸ਼ ਭਾਈ ਦੇ ਗਰਮਾ ਗਰਮਾ ਆਲੂ ਦੇ ਪਰਾਂਠੇ। ਮਤਲਬ ਮੁਕੇਸ਼ ਭਾਈ ਦੇ ਨਹੀਂ, ਮੁਕੇਸ਼ ਭਾਈ ਬਣਾ ਰਹੇ ਆਲੂ ਦੇ ਪਰਾਂਠੇ, ਤੇ ਮੇਰੇ ਲਈ ਸਪੈਸ਼ਲ ਬਣ ਰਿਹਾ ਆਲੂ ਦਾ ਪਰਾਂਠਾ ਵਿਦ ਦਹੀਂ। ਹਾਂਜੀ, ਨਾਈਸ, ਥੈਂਕ ਯੂ ਭਾਈ। ਯਾਰ ਤੁਸੀਂ ਨਾ ਹੁੰਦੇ ਤਾਂ ਮੈਂ ਕੀ ਕਰ ਲੈਂਦਾ। ਇੱਥੇ ਦੇਖੋ ਤੁਸੀਂ ਇਹਨਾਂ ਦਾ ਸਮਾਨ ਕੀ ਆ। ਬਰੋਕਲੀ, ਨਿਊਟਰੀ, ਕੈਰਟ, ਹੋਰ ਕੀ ਮਸ਼ਰੂਮ ਆ ਨਾ ਭਾਜੀ ਵਿੱਚ, ਬੀਨਸ, ਨਾਈਸ, ਤੇ ਇਹ ਹੈਗੇ ਬਰਾਊਨ ਰਾਈਸ। ਪਤਾ ਨਹੀਂ ਮੰਮੀ ਕੀ ਖਾਂਦੇ ਪੀਂਦੇ ਰਹਿੰਦੇ ਆ, ਐਂਡ ਦਾ ਐਂਡ ਫਿਰ ਵੀ ਨਹੀਂ ਪਤਲੇ ਹੁੰਦੇ। ਇਹ ਜਿਹੜਾ ਕੂਲਰ ਹੈਗਾ, ਇਹ ਕੂਲਰ ਪੁਰਾਣਾ ਵਾ, ਜਿਹੜਾ ਨਵਾਂ ਕੂਲਰ ਉਹ ਆਪਾਂ ਲੈ ਕੇ ਆਣਾ ਵਾ। ਤੇ ਇੱਥੇ ਤੁਸੀਂ ਦੇਖ ਸਕਦੇ ਹੋ ਦੁਨੀਆ ਦਾ ਸਭ ਤੋਂ ਵਿਸ਼ਾਲ ਇਨਸਾਨ, ਆਹ ਦੇਖੋ ਨਾਨੀ ਮਾਮਾ। ਹੈਲੋ ਨਾਨੀ ਮਾਮਾ, ਨਾਨੀ ਮਾਮਾ ਹੈਲੋ, ਨਾਨੀ ਮਾਮਾ ਕਿਆ ਇਗਨੋਰ ਕਰਦੇ ਪਿਓ? ਹੈਲੋ ਨਾਨੀ ਮਾਮਾ, ਹੈਲੋ ਕਰ ਦੋ, ਹੈਲੋ। ਹਾਂ, ਵੈਰੀ ਗੁੱਡ। ਡੈਰੂ ਸੁੱਤੀ ਹੋਈ ਹੈ। ਤੇ ਇੱਥੇ ਸੋਨਮ ਨੂੰ ਤੁਸੀਂ ਦੇਖ ਸਕਦੇ ਹੋ, ਮੇਕਅਪ ਕਰ ਰਹੀ ਹੈ। ਹਾਏ ਤੁਹਾਨੂੰ, ਕਿਆ ਮੇਕਅਪ ਕੀ ਮੈਂਨੇ? ਅੱਛਾ, ਤੂੰ ਨੇਚਰਲ ਆ ਜੀ? ਹਾਂ, ਮੈਂ ਮੋਇਸਚਰਾਈਜ਼ਰ ਲਗਾ, ਮੋਇਸਚਰਾਈਜ਼ਰ ਲਾਇਆ। ਨਾਤੀ ਹੈ? ਨਹੀਂ ਨਾ, ਨਹੀਂ ਨਾ, ਜੋ ਖੁਦ ਨਹੀਂ ਨਾ ਉਹ ਚੁੱਪੀ ਦੇ, ਉਹ ਜੋ ਖੁਦ ਨਾ ਉਹ ਤੇ ਚੁੱਪੀ ਦੇ। ਅੱਛਾ, ਅੱਛਾ, ਵੈਸੇ ਕੰਟੈਂਟ ਮੈਂ, ਅੱਛਾ, ਉਹ ਤੇਰੀ ਤੇਰੀ ਕੋ ਕੰਟੈਂਟ ਖੇਲਣਾ ਵਾ, ਉਹ ਮੂੰਹ ਦੇਖ ਆਪਣਾ। ਨਾਤੀ ਨੇ ਕੀ, ਤੂੰ ਨਾਤੀ ਹੈਗੀ ਤੂੰ? ਮੰਮੀ ਮੈਂ ਨਾਈ ਨਹੀਂ। ਉਹ ਕੰਦੇ ਉਂਗਲ ਚ ਪਤਾ ਨੀ ਕੀ ਹੈ, ਰੇਸ਼ਾ ਭਰ ਹੋ ਗਿਆ। ਕੀ ਹੋ ਗਿਆ ਮੰਮੀ ਦੀ ਉਂਗਲ? ਗਰਮੀ ਬਹੁਤ ਜ਼ਿਆਦਾ, ਨਿਊਜ਼ ਵੀ ਬੜੀ ਗੰਦੇ ਗੰਦੇ ਤਰੀਕੇ ਦੀ ਆਉਂਦੀਆਂ ਪਈਆਂ। ਨਾ ਜਾਓ ਖੇਡਣ ਥੋੜੀ ਦੇਰ, ਮੌਸਮ ਠੀਕ ਹੋ ਜਾਏਗਾ ਨਾ, ਇਹ ਫਿਰ ਜਾਣਾ ਹੀ ਜਾਣਾ ਨਾ। ਸਵੇਰੇ ਜਾਓ 5-6 ਵਜੇ, ਠੰਡਾ ਹੁੰਦਾ ਉਸ ਟਾਈਮ ਤੇ। ਮੁੰਡਿਆਂ ਨੂੰ ਕਹਿ ਲੈ, ਕਿਉਂਕਿ ਦਿਨ ਦੇ ਟਾਈਮ ਤੇ ਬਹੁਤ ਗਰਮੀ ਹੁੰਦੀ ਹੈ। ਸਹੀ ਗੱਲ ਹੈ ਮੰਮਾ, ਮੈਂ ਕੀ ਗਿਆ ਨਾਨੀ ਬੋਲਣ ਦੇ ਨਾ, ਉੱਥੋਂ ਪਤਾ ਲੱਗਦਾ। ਨਾਨੀ ਮੈਂ ਕੁਛ ਬੋਲਿਆ ਉਲਟਾ ਪੁਲਟਾ, ਮੈਂ ਕਿਹਾ ਠੀਕ ਹੈ ਮੰਮੀ। ਤੁਹਾਨੂੰ ਲੱਗਾ ਮੇਰੇ ਬੋਲਣ ਦੇ ਬਿਹੇਵੀਅਰ ਦੇ ਵਿੱਚ ਕੁਛ ਰੂਡਨੈਸ ਲੱਗੀ? ਨਹੀਂ ਨਾ, ਮੈਂ ਨੋਰਮਲ ਹੀ ਗਿਆ ਵਾ। ਆਇਆ ਆਇਆ, ਓ ਆਇਆ ਆਇਆ, ਅੰਦਰ ਆਇਆ। ਹੈਲੋ ਕਰਦੇ, ਹੈਲੋ ਕਿਆ ਯਾਰ। ਸੋ ਗਾਇਸ, ਅੰਸ਼ੂ ਤੇ ਜਾਦੂ ਕਿੱਥੇ? ਯਾਦੂ ਗਈ ਹੈ ਦੂਜੇ ਘਰ ਸਫਾਈ ਕਰਾਣ, ਮੰਮੀ ਕੋ ਗਾਲਾਂ ਖਾ ਕੇ ਅੰਸ਼ੂ ਗਿਆ ਵਾ। ਅੱਛਾ ਬਾਬੂ, ਹਾਂ ਠਾ ਠਾ ਹੋ ਗਿਆ। ਹਾਂ ਬਾਬੂ, ਬਸ ਬਹਿ ਜਾ ਹੁਣ। ਅੰਸ਼ੂ ਗਿਆ ਹੈਗਾ ਵਾ ਉੱਥੇ ਮਾਈਕ ਲੈਣ, ਵਿਸ਼ੂ ਦੇ ਨਾਲ ਹਨਾ। ਮਾਈਕ ਲੈਣ ਨੀ ਗਿਆ ਉਹ? ਨੀਂਦ ਚੋਂ ਬਾਹਰ ਨਿਕਲ ਗਈ ਮੰਮੀ, ਮੈਂ ਨੀਂਦ ਚੋਂ ਬਾਹਰ ਹੀ ਹਾਂ ਤਾਂ ਹੀ ਵਲੌਗ ਬਣਾ ਰਿਹਾ। ਓਕੇ, ਯੂ ਗਾਟ ਇਟ ਮਾਮ।
ਸੋ ਗਾਈਜ਼ ਇੱਥੇ ਨਾਨੇ ਮਾਮਾ ਖਾ ਰਿਹਾ ਆਲੂ ਦੇ ਪਰਾਂਠੇ ਦੇ ਨਾਲ ਦਹੀਂ, ਤੇ ਹੁਣ ਮੇਰਾ ਵੀ ਆਲੂ ਦਾ ਪਰਾਂਠੇ ਦੇ ਨਾਲ ਦਹੀਂ ਆ ਰਿਹਾ। ਹੁਣ ਜਿੱਦਾਂ ਹੀ ਮੇਰਾ ਬ੍ਰੇਕਫਾਸਟ ਆਉਂਦਾ ਵਾ ਤੇ ਫਿਰ ਆਪਾਂ ਉਹਨੂੰ ਖਾਂਦੇ ਆ, ਹੈ ਨਾ ਲੱਡੂ। ਓ ਮੇਰਾ ਪੁੱਤ ਮੇਰੇ ਕੋਲ ਬਹਿ ਗਿਆ, ਇਹ ਕਿਸੇ ਦਾ ਦੇਖ। ਵੈਰੀ ਗੁੱਡ, ਸਾਰਿਆਂ ਨੂੰ ਹੈਲੋ ਕਰ ਦੇ। ਹੈਲੋ, ਮੁਕੇਸ਼ ਭਾਈ ਨੇ ਰੋਟੀ ਲਿਆਈ ਦਿੱਤੀ ਮੈਨੂੰ ਭਾਈ, ਖੰਡ ਪਾ ਦੀ ਵਿੱਚ। ਹਾਂਜੀ ਭਾਈ, ਥੋੜੀ ਓਕੇ ਠੀਕ ਹੈ। ਸੋ ਗਾਈਜ਼ ਹੁਣ ਮੈਂ ਖਾਵਾਂਗਾ ਆਲੂ ਦਾ ਪਰੌਂਠਾ ਨਾਲ ਦਹੀਂ ਦੇ ਵਿੱਚ ਗੰਢ ਤੇ ਮੱਖਣ। ਸੋ ਗਾਈਜ਼ ਇਹਨੂੰ ਮੈਂ ਹੁਣ ਖਾਵਾਂ, ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦਾ। ਬਾਏ ਲੱਡੂ, ਬਾਏ ਕਰ ਦੋ। ਸੋ ਗਾਈਜ਼ ਅੰਸ਼ੂ ਤੇ ਵਿਸ਼ੂ ਹੁਣੇ ਆਏ ਆ, ਕਾਰ ਪਾਗਲ ਹੋ ਚੁੱਕੇ ਗਰਮੀ ਦੇ ਵਿੱਚ, ਪਾਗਲ ਹੋ ਚੁੱਕੇ। ਓਏ ਕੀ ਹੋਇਆ, ਹੋਇਆ ਕੀ ਹੈ, ਹੋਇਆ ਕੀ ਹੈ ਭਰਾ, ਹੋਇਆ ਕੀ ਹੋਇਆ, ਕੀ ਹੈ ਕੀ ਹੈ, ਕਮਰੇ ਵਾ ਚੱਲ ਪਲੀਜ਼। ਹੋਇਆ ਕੀ ਹੈ ਭਰਾ, ਹੋਇਆ ਕੀ ਹੈ, ਹੋਇਆ ਕੀ ਭਰਾ, ਅਚੂ ਕੀ ਹੋਇਆ, ਹੌਸਲਾ ਰੱਖ ਯਾਰ, ਕੀ ਹੋਇਆ ਯਾਰ, ਬੜੀ ਯਾਰ ਤੁਸੀਂ ਦੋਵਾਂ ਨੇ ਕੁਇਟ ਕੁਇਟ ਕਰਤਾ ਵਾ, ਫਿਰ ਅੱਜ ਇੱਦਾਂ ਕਰ। ਜਾਦੂ ਤੇਰੇ ਕਮਰੇ ਚ ਚੱਲ ਜਾ ਯਾਰ। ਮੇਰੀ ਗੱਲ ਸਰ, ਮੰਮੀ ਨੇ ਇੱਕ ਗੱਲ ਕਹਿਤੀ ਹੈ ਕਿ ਅੱਜ ਤੋਂ ਬਾਅਦ ਖੇਲੋ ਨਾ, ਗਰਮੀ ਬਹੁਤ ਜ਼ਿਆਦਾ ਵਾ, ਗਰਮੀ ਜੇ ਸਰੀਰ ਚ ਪੈ ਗਈ ਤੇ ਫਿਰ ਨਿਕਲਣੀ ਨੀ ਹੈਗੀ, ਹੋਸਪਿਟਲ ਜਾਣਾ ਪੈਣਾ ਵਾ। ਬਿਲਕੁਲ ਸਹੀ, ਤੇ ਤੂੰ ਤੂੰ ਤਾਂ ਪੂਰੇ 5:30 ਵਜੇ ਚੱਲ ਜਾਂਦਾ, ਮੈਂ ਤਾਂ ਫਿਰ ਵੀ 6:45 ਤੱਕ ਆਉਣਾ ਵਾ। ਫਿਰ ਜਾਣਾ ਅੱਜ, ਫਿਰ ਜਾਣਾ ਵਾ। ਮੈਨੂੰ ਲੱਗਦਾ ਵਾ ਮੈਨੂੰ ਮੰਮੀ ਨੂੰ ਕੰਪਲੇਂਟ ਕਰਨੀ ਪੈਣੀ ਤੇਰੀ ਯਾਰ। ਆਪਾਂ ਗੱਲ ਪਤਾ ਕੀ ਹੈ, ਕੀ ਹੈ, ਕ੍ਰਿਕਟ ਹੈਗੀ ਮੇਰੀ ਜਾਨ, ਕ੍ਰਿਕਟ ਮੇਰੀ ਵੀ ਜਾਨ, ਤੇ ਤਾਂ ਜ਼ਿਆਦਾ ਹੀ ਹੋਏਗੀ ਕਿਉਂਕਿ ਤੈਨੂੰ ਤਾਂ ਫਿਰ ਵੀ ਖੇਲਣੀ ਹੁੰਦਾ। ਜਿਹਨੂੰ ਖੇਲਣ ਨਹੀਂ ਆਉਂਦਾ ਉਹ ਇੰਨਾ ਪ੍ਰੈਫਰੈਂਸ ਦੇ ਰਿਹਾ ਕ੍ਰਿਕਟ ਨੂੰ। ਸਾਹਣੀ ਆਉਂਦਾ ਮੈਨੂੰ, ਸਾਹਣੀ ਆਉਂਦਾ, ਸਾਹਣੀ ਆਉਂਦਾ। ਹੂੰ, ਕ੍ਰਿਕਟ ਬਿਨਾਂ ਤੈਨੂੰ ਸਾਹਣੀ ਆਉਂਦਾ? ਹੂੰ, ਜੀਨਾ ਕਿੱਦਾਂ ਪਿਆ? ਉਹ ਆ ਗਿਆ ਯਾਰ, ਉਹ ਆ ਗਿਆ ਯਾਰ, ਕੀ ਹੋਇਆ? ਸਾਡੇ ਘਰ ਨਵਾਂ ਏਸੀ ਲੱਗਾ ਲੱਗਾ ਯਾਰ। ਮੈਨੂੰ ਕੰਮ ਹੈ, ਮੰਮੀ ਵਾਲਾ ਤਾਂ ਤੇਰੇ ਕੋਲ ਆਇਆ ਨੀ। ਮੁਕੇਸ਼ ਭਾਈ ਨੂੰ ਪਹਿਲਾਂ ਦੱਸ ਦੁਪਹਿਰ ਲਈ ਕੀ ਬਣਾਉਣਾ ਵਾ, ਤੂੰ ਮੈਂ ਤੇ ਸੋਨਾ ਹੀ ਆ ਰੋਟੀ ਲਈ। ਵਿਸ਼ੂ ਦੇ ਅੰਸ਼ੂ ਫੇਰ ਜਾ ਰਹੇ ਵਾਪਸ ਏਸੀ ਲੈਣ। ਸੋ ਗਏ ਹੁਣ ਜਿੱਦਾਂ ਵਿਸ਼ੂ ਦੇ ਅੰਸ਼ੂ ਫੇਰ ਤੋਂ ਆਉਂਦੇ ਆ, ਫੇਰ ਤੁਹਾਨੂੰ ਮਿਲਦੇ ਆ ਏਸੀ ਦਾ ਪ੍ਰੋਪਰ ਮਾਹੌਲ ਚੋਂ ਦੇਖ ਕੇ। ਓਕੇ, ਬਾਏ ਲੱਡੂ। ਸੋ ਗਾਈਜ਼, ਫਾਈਨਲੀ ਇੱਥੇ ਸਾਡਾ ਏਸੀ ਆ ਚੁੱਕਾ ਵਾ, ਏਸੀ ਲੱਗੂਗਾ ਇੱਧਰ, ਠੀਕ ਹੈ। ਮੈਨੂੰ ਇੱਕ ਗੱਲ ਦਾ ਇਨਸਾਫ ਚਾਹੀਦਾ ਵਾ, ਮੰਮੀ ਮੈਨੂੰ ਕਹਿੰਦੇ ਪਏ ਸੀਗੇ ਕਿ ਬਾਹਰ ਨਹੀਂ ਜਾਣਾ, ਬਾਹਰ ਬਹੁਤ ਜ਼ਿਆਦਾ ਗਰਮੀ ਹੈ। ਟਾਈਮ ਤੁਸੀਂ ਦੇਖ ਲਓ, ਖੇਲਣ ਲਈ ਮੰਮੀ ਨੇ ਮਨਾ ਕਰਤਾ ਕਿ ਗਰਮੀ, ਹਾਂ ਕੰਮ ਖੇਲ ਲੈ, ਜਾ ਖੇਲ ਲੈ, ਤਾਂ ਖੇਲ ਲੈ, ਮੈਂ ਨਹੀਂ ਬੋਲਦੀ। ਮੈਂ ਤਾਂ ਤਾਂ ਕਹਿੰਦੀ ਗਰਮੀ ਹੈ, ਜ਼ੋਰ ਲੱਗਦਾ, ਲੋਕੀ ਬਾਹਰ ਬੇਹੋਸ਼ ਹੋਣ ਡੇ ਆ, ਜ਼ੋਰ ਲੱਗਦਾ, ਪਸੀਨੇ ਨਾਲ ਲਿਪੜੇ, ਤੇ ਕੱਲ ਨੂੰ ਗੱਲ ਨਾ ਹੋ ਜਾਏ। ਹੁਣ ਜੇ ਮੈਂ ਬਾਹਰ ਭੇਜਣ ਦੀ ਕੰਮ ਤੋਂ ਮੰਮੀ ਨੂੰ ਲੈ ਕੇ ਜਾਣਾ, ਤੇ ਗੱਡੀ 'ਚ ਭੇਜਣ ਦੀ ਨਾ ਏਸੀ ਲੱਗੇ ਦਾ ਨਾ, ਉੱਥੇ ਬੈਟ ਬਾਲ ਥੋੜੀ ਖੇਡਣ ਡੇ ਆ। ਸੱਜ ਉਹ ਤਾਂ ਆਉਂਦਾ ਸਾੜਦਾ ਰਹਿੰਦਾ ਮੈਨੂੰ, ਮੰਮੀ
ਦੀ ਸ਼ਕਲ ਦੇ ਕੀ ਹੋਈ ਜੀ ਇਹਦੀ ਨਾਲ ਨਹੀਂ ਉਮਾ ਦਾ ਮੂੰਹ ਨਾਲ ਨਹੀਂ ਉਮਾ ਵਰ ਗਈ ਕਿੰਨਾ ਸੋਹਣਾ ਮੂੰਹ ਚਾਬੀ ਮੈਂ ਟੇਕ ਲੈਣਾ ਸੀਗਾ ਹੈਲੋ ਫੈਨ ਘਰ ਤੋਂ ਹੁਣ ਚਾਬੀ ਨਾਲ ਨਹੀਂ ਉਹ ਚਾਬੀ ਲੱਭਣ ਦੀ ਯਾਰ ਗੱਡੀ ਚਾਬੀ ਸੋ ਗਾਈਸ ਹੁਣ ਤਾਂ ਤੁਹਾਨੂੰ ਗੱਡੀ 'ਚ ਬਹਿ ਕੇ ਮਿਲਦਾ ਵਾ ਹਾਏ ਹੋਏ ਰੱਬਾ ਗਰਮ ਗਰਮ ਹਵਾਵਾਂ ਮਾਰਦਾ ਪਿਆ ਅੰਦਰੋਂ ਦੀ ਵੀ ਗਰਮ ਹੈ ਗੱਡੀ ਹੋਏ 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 ਹੁਣ ਗਾਈਸ ਮੈਂ ਏਸੀ ਲਾਤਾ ਵਾ ਗੱਡੀ ਮੈਂ ਸਟਾਰਟ ਕਰਦੀ ਹਾਂ ਅਤੇ ਇਹ ਕਰਦੀ ਮੈਂ ਗੱਡੀ ਬੰਦ ਸੋ ਤੁਸੀਂ ਸਾਰੇ ਹੁਣ ਦੱਸੋ ਮੈਂ ਗਲਤ ਕੀਤੇ ਆ ਮੈਂ ਗਲਤ ਹੈਗਾ ਹੀ ਨਹੀਂ ਮੇਰੇ ਘਰ ਦੇ ਹਮੇਸ਼ਾ ਮੇਰੇ ਨਾਲ ਧੱਕਾ ਕਰਦੇ ਗਏ ਧੱਕਾ ਤਾਂ ਕਰਦੇ ਆ ਕਿਉਂਕਿ ਜਿਹੜਾ ਸ਼ਰੀਫ ਇਨਸਾਨ ਹੁੰਦਾ ਨਾ ਉਹਨਾਂ ਹਮੇਸ਼ਾ ਧੱਕਾ ਹੀ ਹੁੰਦਾ ਵਾ ਅਤੇ ਮੇਰੇ ਨਾਲ ਹਮੇਸ਼ਾ ਜੋ ਵੀ ਮੇਰੇ ਨਾਲ ਜੁੜਦਾ ਹਮੇਸ਼ਾ ਮੇਰੇ ਨਾਲ ਧੱਕਾ ਕਰਕੇ ਜਾਂਦਾ ਵਾ ਪਰ ਲੋਕਾਂ ਨੂੰ ਪਤਾ ਨਹੀਂ ਸਮਝ ਨਹੀਂ ਆਉਂਦੀ ਲੋਕ ਕਹਿੰਦੇ ਕਿ ਅੰਕੂ ਦੇ ਵਿੱਚ ਆਕੜ ਆ ਅੰਕੂ ਦੇ ਫੋਲੋਅਰ ਵਧੇ ਹੋਏ ਅੰਕੂ ਤਾਂ ਹਵਾ ਕਰਦਾ ਫਲਾਣਾ ਢਮਕਾਣਾ ਕਿਉਂ ਮੈਂ ਕਿਉਂ ਕਰਨੀ ਹੈ ਵਾ ਮੈਂ ਇੱਕ ਬੜੀ ਵੱਡੀ ਗੱਲ ਕਰਨ ਲੱਗਾ ਅੱਜ ਬੜੀ ਵੱਡੀ ਗੱਲ ਹੈ ਪਰ ਇਹ ਮੈਂ ਨੈਕਸਟ ਵਲੋਗ ਦੇ ਵਿੱਚ ਗੱਲ ਕਰਦਾ ਤੁਹਾਡੇ ਨਾਲ ਨੈਕਸਟ ਵਲੋਗ ਦੇ ਵਿੱਚ ਠੀਕ ਹੈ ਇਸ ਵਲੋਗ ਨੂੰ ਫਿਲਹਾਲ ਮੈਂ ਕਰਨ ਲੱਗਾ ਐਂਡ ਕਿਉਂਕਿ ਗਰਮੀ ਬਹੁਤ ਜ਼ਿਆਦਾ ਵਾ ਅਤੇ ਮੈਂ ਇਰੀਟੇਟ ਹੋਣ ਲੱਗਾ ਵਾ ਮੈਨੂੰ ਇੰਨਾ ਪਤਾ ਵਾ ਸੋ ਇਸ ਵਲੋਗ ਨੂੰ ਮੈਂ ਐਂਡ ਕਰਦਾ ਵਾਂ 4 ਵੱਜ ਗਏ ਹੁਣ ਮੈਂ ਨਾਨੀ ਮੰਮਾ ਨੂੰ ਡਰੋਪ ਕਰਾਉਣਾ ਅਤੇ ਕਾਰ ਦੈਨ ਉਸ ਤੋਂ ਬਾਅਦ ਮੈਂ ਤੁਹਾਨੂੰ ਮਿਲਦਾ ਵਾਂ ਲਵ ਯੂ ਆਲ ਸਟੇ ਟਿਊਨ ਸਟੇ ਕਨੈਕਟਡ ਕੀੜੀਆਂ ਲੜਦੀਆਂ ਵੀ ਹੈ ਬਹੁਤ ਜ਼ਿਆਦਾ ਨਾ ਗਰਮੀ ਹੈ ਗਾਈਜ਼ ਸੋ ਮਿਲਦਾ ਤਾਂ ਨੈਕਸਟ ਵੀਡੀਓ ਦੇ ਵਿੱਚ ਬਾਏ ਬਾਏ ਟੇਕ ਕੇਅਰ ਲਵ ਯੂ ਧਿਆਨ ਰੱਖੋ ਸਾਰੇ ਜਿਹਨੇ ਆਪਣਾ ਲੋਕ ਨਏ ਹੋ ਤੋ ਸਬਸਕ੍ਰਾਈਬ ਕਰੋ ਵੋ ਜੋ ਲਾਲ ਵਾਲਾ ਬਟਨ ਹੈ ਉਸ ਪੇ ਫੂਟ ਫੇਂਕ ਕੇ ਮਾਰੋ ਜਾਂ ਫਿਰ ਮੋਮਬੱਤੀ ਮੁਝੇ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ ਅਬ ਮੈਂ ਵੀ ਜਾ ਰਹਾ ਹੂੰ ਮੁਝੇ ਪੈਸੋ ਕੇ ਪੀਛੇ ਭਾਗਨਾ ਹੈ ਬਾਏ